ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ এডਿਕੇਸ਼ਨ ਵਿੱਚ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਟੈਂਸਸ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਇਹਨੂੰ ਅਕਸਰ ਅੰਗਰੇਜ਼ੀ ਦੀ ਰੀਡ ਦੀ ਹੱਡੀ ਵੀ ਕਹਿ ਦਿੰਦੇ ਨੇ ਵੀ ਜਦੋਂ ਸਾਨੂੰ ਟੈਂਸਸ ਆ ਗਏ ਤਾਂ ਸਮਝ ਲਓ ਸਾਨੂੰ ਅੰਗਰੇਜ਼ੀ ਜੀ ਆਉਣ ਲੱਗ ਗਈ ਤੇ ਅਸੀਂ ਇਹਨਾਂ ਤੇ ਬੜੀ ਮੱਥਾ ਖਪਾਈ ਕਰਦੇ ਆਂ ਪਰ ਫੇਰ ਵੀ ਜਿਹੜੀਆਂ ਉਲਝਣਾਂ ਜੀਆਂ ਉਹ ਬਣੀਆਂ ਹੀ ਰਹਿੰਦੀਆਂ ਅੱਜ ਵਾਲੀ ਵੀਡੀਓ 'ਚ ਆਪਾਂ ਇਹ ਸਾਰੀਆਂ ਉਲਝਣਾਂ ਦੂਰ ਕਰ ਦੇਣੀ ਆ ਤੇ ਬੜੇ ਸੌਖੇ ਤਰੀਕੇ ਨਾਲ ਆਪਣੀ ਪੰਜਾਬੀ 'ਚ ਆਪਾਂ ਟੈਂਸ ਸਿੱਖ ਲੈਣੇ ਨੇ ਵੀ ਇਹ ਹੈ ਕਿ ਲਓ ਜੀ ਸਭ ਤੋਂ ਪਹਿਲਾਂ ਤਾਂ ਟੈਂਸ ਦੀ ਪਰਿਭਾਸ਼ਾ ਕੀ ਆ ਟੈਂਸ ਕੀ ਹੁੰਦਾ ਟੈਂਸ ਹੁੰਦਾ ਕਾਲ ਪੰਜਾਬੀ 'ਚ ਜੇ ਨੂੰ ਆਪਾਂ ਕਹਿਣਾ ਹੋਵੇ ਉਹ ਹੁੰਦਾ ਕਾਲ ਵਰਤਮਾਨ ਕਾਲ ਭੂਤਕਾਲ ਭਵਿੱਖਤ ਕਾਲ ਕਹਿੰਦੇ ਹੁੰਨੇ ਆ ਨਾ ਆਪਾਂ ਉਹ ਆ ਟੈਂਸ ਹੁਣ ਇਹਦੀ ਪਰਿਭਾਸ਼ਾ ਦੇ ਲੈਣੇ ਆ ਉਹ ਹੁੰਦੀ ਆ ਵੀ ਕਿਰਿਆ ਦਾ ਰੂਪ ਜੀ ਤੋ ਸਾਨੂੰ ਕੰਮ ਦੇ ਹੋਣ ਦਾ ਸਮਾਂ ਪਤਾ ਲੱਗੇ ਵੀ ਕਿਰਿਆ ਕਿਸ ਸਮੇਂ ਚ ਹੋ ਰਹੀ ਆ ਉਹ ਹੁੰਦਾ ਕਾਲ ਠੀਕ ਹੈ ਜੀ ਹੋ ਗਿਆ ਹੁਣ ਆਪਾਂ ਉਲਝਣਾਂ ਦੀ ਗੱਲ ਕਰ ਲਈਏ ਉਲਝਣ ਸਭ ਤੋਂ ਪਹਿਲੀ ਉਲਝਣ ਆ ਵੀ ਅਸੀਂ ਇਹਨੂੰ ਟਾਈਮ ਨਾਲ ਅਲਝਾ ਲੈਨੇ ਆ ਵੀ ਜਦੋਂ ਅਸੀਂ ਟੈਂਸਸ ਸਿੱਖ ਰਹੇ ਹੁੰਨੇ ਆ ਜਾਂ ਜਦੋਂ ਅਸੀਂ ਹੈਨਾ ਪਾਕ ਬਣਾਉਣੇ ਇਹਨਾਂ ਤੇ ਕੰਮ ਕਰਦੇ ਆ ਅਸੀਂ ਇਹਨੂੰ ਟਾਈਮ ਚ ਅਲਝਾ ਕੇ ਬਹਿ ਜਾਂਦੇ ਆ ਜਿਹੜਾ ਟਾਈਮ ਆ ਉਹ ਤਾਂ ਇੱਕ ਕੁਦਰਤੀ ਆ ਨੇਚਰਲ ਕਨਸੈਪਟ ਕਹਿ ਲਓ ਉਹਨੂੰ ਹਨਾ ਪਰ ਜਿਹੜੇ ਟੈਂਸਸ ਨੇ ਟੈਂਸ ਆ ਉਹ ਕਿਰਿਆ ਦਾ ਰੂਪ ਉਹ ਕਿਰਿਆ ਦੇ ਹਿਸਾਬ ਨਾਲ ਅਸੀਂ ਦੇਖਦੇ ਆਂ ਵੀ ਇਹ ਕਿਹੜਾ ਟੈਂਸ ਆ ਆਪਾਂ ਟਾਈਮ ਤੇ ਟੈਂਸ ਨੂੰ ਉਡਝਾ ਕੇ ਮੇਲ ਲੈਣੇ ਆ ਉਹ ਦੇਖਦੇ ਆਂ ਜਿਵੇਂ ਇੱਥੇ ਵਾਕ ਲਿਖਿਆ ਹੋਇਆ ਆਈ ਵਿਲ ਪਲੇ ਟੂਡੇ ਹਨਾ ਇਹ ਲਿਖਿਆ ਹੋਇਆ ਹੁਣ ਜੇ ਆਪਾਂ ਇਹਦਾ ਟਾਈਮ ਦੱਸਣਾ ਆਪਾਂ ਟੂਡੇ ਸ਼ਬਦ ਚੱਕ ਲਾਂਗੇ ਅੱਜ ਯਾ ਅੱਜ ਦੀ ਗੱਲ ਹੋ ਰਹੀ ਹੈ ਆਪਾਂ ਕਵਾਂਗੇ ਵੀ ਤਾਂ ਵਰਤਮਾਨ ਸਮੇਂ ਦੀ ਗੱਲ ਹੋ ਰਹੀ ਆ ਸਮਾਂ ਇਹਦਾ ਉਹ ਵਰਤਮਾਨ ਹੀ ਆ ਵੀ ਅੱਜ ਦੀ ਗੱਲ ਕਰ ਰਿਹਾ ਹੋਣਾ ਅੱਜ ਖੇਡਣ ਦੀ ਗੱਲ ਕਰ ਰਿਹਾ ਪਰ ਜੇ ਆਪਾਂ ਟੈਂਸ ਦੱਸਣਾ ਟੈਂਸ ਸਾਨੂੰ ਪਤਾ ਕਿਰਿਆ ਦਾ ਰੂਪ ਫਿਰ ਆਪਾਂ ਕਿਰਿਆ ਦੇਖਾਂਗੇ ਇਹਦੇ ਚ ਪਲੇ ਨਾਲ ਵਿਲ ਵਿਲ ਪਲੇ ਵਿਲ ਪਲੇ ਸਾਨੂੰ ਪਤਾ ਵੀ ਫਿਊਚਰ ਟੈਂਸ ਲਈ ਹੁੰਦਾ ਫਿਰ ਆਪਾਂ ਕਵਾਂਗੇ ਵੀ ਇਹ ਤਾਂ ਫਿਊਚਰ ਟੈਂਸ ਆ ਦੇਖੋ ਪੰਗਾ ਪੈ ਗਿਆ ਨਾ ਜਿਹੜਾ ਟਾਈਮ ਸੀ ਉਹ ਤਾਂ ਪ੍ਰੈਜ਼ੈਂਟ ਹੋ ਗਿਆ ਪਰ ਜਿਹੜਾ ਟੈਂਸ ਆ ਫਿਊਚਰ ਹੋ ਗਿਆ ਇਸ ਕਰਕੇ ਟਾਈਮ ਨੂੰ ਸਾਈਡ ਤੇ ਰੱਖਣਾ ਆਪਾਂ ਕੱਲਾ ਕਿਰਿਆ ਦਾ ਰੂਪ ਦੇਖਣਾ ਹੁੰਦਾ ਨਾਲ ਟੁੜੇ ਲੱਗਿਆ ਕੋਈ ਗੱਲ ਨਹੀਂ ਲੱਗਿਆ ਰਵੇ ਫਿਰ ਸਾਨੂੰ ਕੀ ਆ ਆਪਾਂ ਕਿਰਿਆ ਦਾ ਰੂਪ ਦੇਖਾਂਗੇ ਵਿਲ ਪਲੇ ਆ ਇਸ ਕਰਕੇ ਇਹ ਫਿਊਚਰ ਟੈਂਸ ਆ ਅਸੀਂ ਨਹੀਂ ਉਲਝਦੇ ਅਸੀਂ ਟੁੜੇ ਦੇ ਦੇਖ ਕੇ ਇਹਨੂੰ ਪ੍ਰੈਜ਼ੈਂਟ ਟੈਂਸ ਨਹੀਂ ਬਣਾ ਦੇਣਾ ਜਿਵੇਂ ਵਾਕ ਪੰਜਾਬੀ ਚ ਲਿਖਿਆ ਮੈਂ ਅੱਜ ਖੇਡਾਂਗਾ ਆਪਾਂ ਦੇਖਾਂਗੇ ਵੀ ਅੱਜ ਲੱਗਿਆ ਉਹਨੂੰ ਪ੍ਰੈਜ਼ੈਂਟ ਚ ਨਹੀਂ ਬਣਾਉਣਾ ਖੇਡਾਂਗਾ ਕਿਰਿਆ ਦਾ ਰੂਪ ਦੇਖੋ ਵਿਲ ਪਲੇ ਹੋ ਗਈ ਗੱਲ ਕਲੀਅਰ ਠੀਕ ਹੈ ਜੀ ਪਹਿਲੀ ਉਲਝਣ ਇਹ ਸੀ ਦੂਜੀ ਉਲਝਣ ਆ ਗਈ ਸੈਂਟੈਂਸ ਵੀ ਅਸੀਂ ਟੈਂਸ ਤੇ ਸੈਂਟੈਂਸ 'ਚ ਉਲਝ ਜਾਂਦੇ ਹਾਂ ਸਾਨੂੰ ਲੱਗਦਾ ਵੀ ਸੈਂਟੈਂਸ ਤੇ ਟੈਂਸ ਇੱਕੋ ਚੀਜ਼ ਹੀ ਆ ਸੈਂਟੈਂਸ ਕੀ ਹੈ ਪੂਰੀ ਜਿਹੜੀ ਆਪਾਂ ਲਿਖਤਾ ਹਨਾ ਪੂਰਾ ਵਾਕ ਹੀ ਸੈਂਟੈਂਸ ਹੁੰਦਾ ਆਈ ਵਿਲ ਪਲੇ ਟੁਡੇ ਇਹ ਇੱਥੋਂ ਤੱਕ ਪੂਰਾ ਵਾਕ ਇਹ ਤਾਂ ਇੱਕ ਵਾਕ ਹੈ ਟੈਂਸ ਕੀ ਆ ਟੈਂਸ ਅੱਡ ਚੀਜ਼ ਆ ਟੈਂਸ ਅਸੀਂ ਸਮਾਂ ਹੁੰਦਾ ਵੀ ਕਿਰਿਆ ਕਦੋਂ ਹੋ ਰਹੀ ਹੈ ਉਹਦੇ ਲਈ ਅਸੀਂ ਕਿਰਿਆ ਦਾ ਰੂਪ ਦੇਖਦੇ ਆਂ ਇੰਨਾ ਕ ਇਹਦੇ 'ਚ ਅਸੀਂ ਟੈਂਸ ਪਤਾ ਕਰ ਲੈਨੇ ਆਂ ਕਿਰਿਆ ਦਾ ਰੂਪ ਦੇਖ ਕੇ ਵੀ ਇਹ ਕਿਹੜੇ ਟੈਂਸ ਚ ਆ ਇਸ ਕਰਕੇ ਸੈਂਟੈਂਸ ਤੇ ਟੈਂਸ ਨੂੰ ਵੀ ਨਹੀਂ ਉਲਝਾਉਣਾ ਇਹ ਵੀ ਦੋਨੇ ਅੱਡ-ਅੱਡ ਨੇ ਠੀਕ ਹੈ ਜੀ ਇਹ ਇਹ ਉਲਝਣਾ ਮੇਨ ਸੀ ਇਹ ਆਪਾਂ ਕਰ ਲੀਆਂ ਦੂਰ ਹੁਣ ਆਪਾਂ ਅੱਗੇ ਵਧਦੇ ਆਂ ਸਾਨੂੰ ਪਤਾ ਜਿਹੜੇ ਟੈਂਸ ਨੇ ਉਹ ਮੇਨ ਤਿੰਨ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਆਪਾਂ ਲਿਖਦੇ ਆਂ ਪ੍ਰੈਜ਼ੈਂਟ ਠੀਕ ਹੈ ਜੀ ਦੂਜਾ ਹੁੰਦਾ ਸਾਨੂੰ ਪਤਾ ਪਾਸਟ ਤੀਜਾ ਆ ਗਿਆ ਸਾਡੇ ਕੋਲੇ ਫਿਊਚਰ ਤੇ ਅੱਗੇ ਇਹਦੇ 1 2 3 4 ਚਾਰ ਰੂਪ ਹੁੰਦੇ ਨੇ ਚਾਰ ਇਹਦੇ ਚਾਰ ਇਹਦੇ ਚਾਰ ਇਹਦੇ ਇਸ ਕਰਕੇ ਸਾਡੇ ਕੋਲੇ 12 ਟੈਂਸਸ ਹੋਗੇ ਜਦੋਂ ਆਪਾਂ ਜੇ ਪੂਰਾ ਸਮਾਰ ਕੇ ਸਿੱਖਣਾ ਹਨਾ ਇਹ ਟੈਂਸ ਵਾਲਾ ਟੋਪਿਕ ਤਾਂ ਸਾਨੂੰ 12 ਦੇ 12 ਸਿੱਖਣੇ ਪੈਣਗੇ ਤੇ ਅੱਜ ਆਪਾਂ ਸਾਰੇ 12 ਦੇ 12 ਬਣਾ ਲੈਨੇ ਆ ਇਹ ਸਾਰੇ ਡੱਬੇ ਜੇ ਟੇਬਲ ਆਪਾਂ ਖਾਲੀ ਤਾਂ ਹੀ ਛੱਡਿਆ ਵੀ ਸਾਨੂੰ ਸਾਰਾ ਮੁੱਢ ਤੋਂ ਕਲੀਅਰ ਹੋਵੇ ਵੀ ਆਪਾਂ ਕਿਵੇਂ-ਕਿਵੇਂ ਬਣਾ ਰਹੇ ਆ ਤੇ ਤੁਸੀਂ ਆਪ ਵੀ ਫਿਰ ਇਹਨੂੰ ਮਿੰਟਾਂ ਸੈਂਟਾਂ 'ਚ ਬਣਾ ਲਿਆ ਕਰੋ ਲਓ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਜਿਹੜਾ ਹੁੰਦਾ ਉਹ ਹੁੰਦਾ ਇਨਡੈਫਿਨਿਟ ਇਨਡੈਫਿਨਿਟ ਇਹਨੂੰ ਅਸੀਂ ਸਿੰਪਲ ਵੀ ਕਹਿ ਦਿੰਨੇ ਆ ਅਗਲਾ ਹੁੰਦਾ ਸਾਡੇ ਕੋਲੇ ਕੰਟੀਨਿਊਸ ਅਗਲਾ ਹੁੰਦਾ ਸਾਡੇ ਕੋਲੇ ਪਰਫੈਕਟ ਉਸ ਤੋਂ ਅੱਗੇ ਹੁੰਦਾ ਸਾਡੇ ਕੋਲੇ ਪਰਫੈਕਟ ਕੰਟੀਨਿਊਸ ਠੀਕ ਹੈ ਜੀ ਹੋ ਗਿਆ ਚਾਰ ਤਰ੍ਹਾਂ ਦੇ ਹੋ ਗਏ ਪ੍ਰੈਜ਼ੈਂਟ ਇਨਡੈਫਿਨਿਟ ਪ੍ਰੈਜ਼ੈਂਟ ਕੰਟੀਨਿਊਸ ਪ੍ਰੈਜ਼ੈਂਟ ਪਰਫੈਕਟ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਪ੍ਰੈਜ਼ੈਂਟ ਦੇ ਚਾਰ ਤਰ੍ਹਾਂ ਦਾ ਹੋ ਗਿਆ ਐਂ ਪਾਸਟ ਚਾਰ ਤਰ੍ਹਾਂ ਦਾ ਹੋਜੂ ਐਂ ਫਿਊਚਰ ਚਾਰ ਤਰ੍ਹਾਂ ਦਾ ਹੋਜੂ ਹੋ ਗਏ 12 ਠੀਕ ਹੈ ਜੀ ਹੁਣ ਇਹਨਾਂ ਦਾ ਢਾਂਚਾ ਬਣਾਉਣਾ ਸ਼ੁਰੂ ਕਰਦੇ ਆਂ ਲਓ ਜੀ ਪਹਿਲਾ ਆ ਗਿਆ ਸਾਡੇ ਕੋਲੇ ਇਨਡੈਫਿਨਿਟ ਇਹਨੂੰ ਅਸੀਂ ਸਿੰਪਲ ਵੀ ਕਹਿ ਦਿੰਨੇ ਆਂ ਵੀ ਸਿੰਪਲ ਪ੍ਰੈਜ਼ੈਂਟ ਸਿੰਪਲ ਪਾਸਟ ਸਿੰਪਲ ਫਿਊਚਰ ਤੇ ਇਨਡੈਫਿਨਿਟ ਦਾ ਮਤਲਬ ਕੀ ਹੁੰਦਾ ਪੰਜਾਬੀ ਚ ਉਹ ਹੁੰਦਾ ਅਨਿਸ਼ਚਿਤ ਵੀ ਜਿਹੜਾ ਕੰਮ ਆ ਕੇ ਰਿਹਾ ਉਹ ਅਨਿਸ਼ਚਿਤ ਜੀ ਆ ਹਨਾ ਠੀਕ ਹੈ ਜੀ ਦੂਜਾ ਹੁੰਦਾ ਸਾਡੇ ਕੋਲ ਕੰਟੀਨਿਊਸ ਕੰਟੀਨਿਊਸ ਮਤਲਬ ਚਾਲੂ ਚੱਲ ਰਹੀ ਆ ਠੀਕ ਹੈ ਜੀ ਤੀਜਾ ਹੁੰਦਾ ਸਾਡੇ ਕੋਲ ਪਰਫੈਕਟ ਪਰਫੈਕਟ ਦਾ ਮਤਲਬ ਹੋਣਾ ਕੋਈ ਚੀਜ਼ ਪੂਰੀ ਹੋ ਜਾਣੀ ਵੀ ਕੰਮ ਪੂਰਾ ਹੋ ਜਾਣਾ ਠੀਕ ਹੈ ਉਸ ਤੋਂ ਅੱਗੇ ਹੁੰਦਾ ਸਾਡੇ ਕੋਲੇ ਪਰਫੈਕਟ ਕੰਟੀਨਿਊਸ ਹੁਣ ਦੇਖੋ ਇਹਦੇ 'ਚ ਵੀ ਹਨਾ ਲੱਗਿਆ ਤਾਂ ਕੰਟੀਨਿਊਸ ਹੀ ਹੈ ਇਹਦੇ ਵਾਂਗੂ ਕਿਰਿਆ ਤਾਂ ਇਹਦੇ 'ਚ ਵੀ ਚੱਲ ਹੀ ਰਹੀ ਹੋਊਗੀ ਕੰਮ ਤਾਂ ਇਹਦੇ 'ਚ ਵੀ ਚੱਲ ਹੀ ਰਿਹਾ ਹੋਊਗਾ ਪਰ ਨਾਲ ਇਹਦੇ ਪਰਫੈਕਟ ਲੱਗਿਆ ਤਾਂ ਉਹਦਾ ਮਤਲਬ ਕੀ ਹੋਊ ਜੀ ਵੀ ਸਾਨੂੰ ਨਾਲ ਸਮਾਂ ਵੀ ਦਿੱਤਾ ਹੋ ਇਹਨਾਂ ਦੋਨਾਂ 'ਚ ਇਹੀ ਫਰਕ ਆ ਵੀ ਇਹਦੇ 'ਚ ਨਾਲ ਸਮਾਂ ਦਿੱਤਾ ਹੁੰਦਾ ਠੀਕ ਹੈ ਜੀ ਵੀ ਕੰਮ ਆ ਜਿਹੜਾ ਉਹ ਕਦੋਂ ਤੋਂ ਚੱਲ ਰਿਹਾ ਹੈ ਚੱਲ ਇਹਦੇ 'ਚ ਵੀ ਰਿਹਾ ਇਹਦੇ 'ਚ ਇਕੱਲਾ ਕੰਮ ਚੱਲ ਰਿਹਾ ਇਹਦੇ 'ਚ ਨਾਲ ਸਮਾਂ ਦੇ ਦਿੰਦੇ ਨੇ ਵੀ ਕਦੋਂ ਤੋਂ ਚੱਲ ਰਿਹਾ ਹੈ ਇਹ ਜ਼ਰੂਰੀ ਆ ਇਹ ਇਹਨਾਂ ਦੋਨਾਂ 'ਚ ਫਰਕ ਆ ਮੈਨੂੰ ਲੱਗਦਾ ਤੁਹਾਨੂੰ ਸਾਰੇ ਪਤਾ ਜੇ ਤਾਂ ਲੱਗ ਹੀ ਗਏ ਹੋਣਗੇ ਹਨਾ ਠੀਕ ਹੈ ਹੁਣ ਆਪਾਂ ਕਰਦੇ ਹਾਂ ਸ਼ੁਰੂ ਪਹਿਲਾ ਆ ਗਿਆ ਸਾਡੇ ਕੋਲੇ ਪ੍ਰੈਜ਼ੈਂਟ ਇਨਡੇਫਿਨਿਟ ਦੇਖੋ ਸਾਰਿਆਂ ਜਦੋਂ ਆਪਾਂ ਸ਼ੁਰੂ ਕਰਨੇ ਆ ਸਾਰਿਆਂ 'ਚ ਪਹਿਲਾਂ ਸਬਜੈਕਟ ਤਾਂ ਲੱਗਦਾ ਹੀ ਲੱਗਦਾ ਸਾਨੂੰ ਪਤਾ ਨਾ ਆਪਾਂ ਲਓ ਜੀ ਸਾਰਿਆਂ 'ਚ ਸਬਜੈਕਟ ਲਿਖਤਾ ਅਸੀਂ ਚਾਰਟ ਬਣਾ ਰਹੇ ਹਾਂ ਤੁਸੀਂ ਵੀ ਸਿੱਖ ਲਿਓ ਨਾਲ ਨਾਲ ਆਪਾਂ ਹੀ ਬਣਾ ਲਿਆ ਕਰਾਂਗੇ ਫੱਟੇ ਚੱਕ ਦਿਆ ਕਰਾਂਗੇ ਮਿੰਟ ਮਾਰਿਆ ਕਰਾਂਗੇ ਸਾਰਿਆਂ ਚ ਪਹਿਲਾਂ ਸਬਜੈਕਟ ਲੱਗ ਗਿਆ ਉਸ ਤੋਂ ਬਾਅਦ ਆਜੋ ਜਿਹੜਾ ਸਾਡੇ ਕੋਲ ਪ੍ਰੈਜ਼ੈਂਟ ਇਨਡੈਫਿਨਿਟ ਆ ਉਹਦੇ ਚ ਸਾਡੇ ਕੋਲੇ ਵਰਬ ਦੀ ਬੇਸ ਫਾਰਮ ਲੱਗਦੀ ਆ ਠੀਕ ਹੈ ਜੀ ਜਦੋਂ ਸਬਜੈਕਟ ਆ ਜਿਹੜਾ ਉਹ ਪਲੂਰਲ ਹੋਵੇ ਪਲੂਰਲ ਸਬਜੈਕਟ ਨਾਲ ਤੇ ਜਦੋਂ ਸਾਡੇ ਕੋਲੇ ਸਬਜੈਕਟ ਆ ਜਿਹੜਾ ਉਹ ਸਿੰਗੂਲਰ ਹੋਵੇ ਉਦੋਂ ਸਾਡੇ ਕੋਲੇ ਵਰਬ ਦੀ ਬੇਸ ਫਾਰਮ ਨਾਲ ਅਸੀਂ ਐਸ ਪਲੱਸ ਈ ਐਸ ਪਲੱਸ ਆਈ ਈ ਐਸ ਵੀ ਲਾ ਦਿੰਨੇ ਹੁੰਦੇ ਆ ਠੀਕ ਹੈ ਜਿਵੇਂ ਆਪਾਂ ਲਿਖਣਾ ਹੋਵੇ ਵੀ ਪਲੇ ਤਾਂ ਹੁਕੱਲਾ ਵੀ ਪਲੇ ਬਣੂਗਾ ਤੇ ਇੱਕ ਗੱਲ ਹੋਰ ਨੋਟ ਕਰ ਲੋ ਵੀ ਜਿਹੜਾ ਆਈ ਸ਼ਬਦ ਆ ਉਹਦੇ ਨਾਲ ਜ਼ਿਆਦਾਤਰ ਬਹੁਵਚਨ ਵਾਲੇ ਰੂਲ ਹੀ ਲਾਗੂ ਹੁੰਦੇ ਨੇ ਇਸ ਕਰਕੇ ਆਪਾਂ ਉਹਨੂੰ ਪਲੂਰਲ ਜੀ ਲਿਖ ਦਿੰਨੇ ਹੁੰਨੇ ਆ ਹੁੰਦਾ ਆਈ ਸਿੰਗੂਲਰ ਆ ਕਿਉਂਕਿ ਮੈਂ ਮੈਂ ਤਾਂ ਸਿੰਗੂਲਰ ਹੀ ਆ ਇਸ ਕਰਕੇ ਆਪਾਂ ਉਹਨੂੰ ਜਿਵੇਂ ਹੁਣ ਇੱਥੇ ਉਹਦੇ ਪਲੂਰਲ ਵਾਲਾ ਰੂਲ ਲਾਗੂ ਹੋਊਗਾ ਆਈ ਪਲੇ ਇੱਥੇ ਬਹੁਵਚਨ ਵਾਲਾ ਰੂਲ ਲਾਗੂ ਹੁੰਦਾ ਸਿੰਗੂਲਰ ਵਾਲਾ ਨਹੀਂ ਹੋਣਾ ਸਿੰਗੂਲਰ ਚ ਕੀ ਹੁੰਦਾ ਜਿਵੇਂ ਆਪਾਂ ਹੀ ਲਿਖਾਂਗੇ ਹੀ ਸਿੰਗੂਲਰ ਸਾਨੂੰ ਪਤਾ ਇੱਕ ਆ ਹੀ ਪਲੇਸ ਠੀਕ ਹੈ ਜੀ ਐਸ ਈ ਐਸ ਜਾਂ ਆਈ ਈ ਐਸ ਇਹਤੇ ਵੀ ਆਪਾਂ ਵੀਡੀਓ ਬਣਾਈ ਹੈ ਵੀ ਕਿੱਥੇ ਐਸ ਲਾਉਣਾ ਕਿੱਥੇ ਆਈ ਐਸ ਲਾਉਣਾ ਕਿੱਥੇ ਆਈ ਈ ਐਸ ਲਾਉਣਾ ਉਹ ਤੁਸੀਂ ਦੇਖ ਲਿਓ ਹੋ ਗਿਆ ਜੀ ਹੀ ਪਲੇਜ਼ ਅੱਗੇ ਆਪਾਂ ਆਬਜੈਕਟ ਲਾ ਸਕਦੇ ਆ ਆਬਜੈਕਟ ਕੀ ਹੁੰਦਾ ਹੈ ਨਾ ਜਿਵੇਂ ਜਿੱਥੇ ਕੰਮ ਹੁੰਦਾ ਜਾਂ ਜਿਹੜਾ ਕੰਮ ਹੁੰਦਾ ਜਿਵੇਂ ਵੀ ਪਲੇ ক্রিকেট ਕੁਝ ਵੀ ਲਿਖ ਦਿਓ ਹੀ ਪਲੇਜ਼ ক্রিকেট ਲਓ ਜੀ ਪੂਰਾ ਵਾਕ ਬਣ ਗਿਆ ਸਾਡੇ ਕੋਲੇ ਪ੍ਰੈਜ਼ੈਂਟ ਇਨ ਡੈਫੀਨਿਟ ਚ ਹੁਣ ਆ ਗਿਆ ਪਾਸਟ ਇਨ ਡੈਫੀਨਿਟ ਪਾਸਟ ਚ ਕੀ ਹੁੰਦਾ ਸਾਡੇ ਕੋਲ ਵਰਬ ਦੀ ਸੈਕੰਡ ਫਾਰਮ ਲੱਗਦੀ ਆ ਇੱਥੇ ਨਾਲ ਲੱਗ ਜਾਂਦਾ ਓਬਜੈਕਟ ਇੱਥੇ ਸਿੰਗੂਲਰ ਪਲੂਰਲ ਵਾਲਾ ਕੋਈ ਚੱਕਰ ਨਹੀਂ ਕੋਈ ਆ ਜੇ ਜਿਵੇਂ ਜੇ ਵੀ ਆ ਤਾਂ ਵੀ ਨਾਲ ਵੀ ਪਲੇਡ ਬਣ ਜੂ ਕਿਉਂਕਿ ਪਲੇ ਪਲੇਡ ਪਲੇਡ ਸਾਨੂੰ ਪਤਾ ਹੁੰਦਾ ਇਹ ਤੇ ਹਣਾ ਜੇ ਆਈ ਆ ਆਈ ਨਾਲ ਵੀ ਪਲੇਡ ਬਣ ਜੂ ਜਿਵੇਂ ਆਪਾਂ ਹਣਾ ਗੋ ਵੈਂਟ ਕਹਿਣਾ ਹੋਵੇ ਹੀ ਵੈਂਟ ਇੱਥੇ ਬਸ ਪੰਗਾ ਇੱਕ ਪੈ ਜਾਂਦਾ ਸੀ ਸੈਕੰਡ ਫਾਰਮ ਦੀ ਦਾਦੇ ਨਾ ਥਰਡ ਲਾ ਦਿੰਦੇ ਆ ਭੁੱਲ ਕੇ ਇਹ ਯਾਦ ਰੱਖਣਾ ਵੀ ਸੈਕੰਡ ਫਾਰਮ ਹੀ ਲੱਗੂ ਨਾਲ ਓਬਜੈਕਟ ਲਾ ਦੋ ਠੀਕ ਹੈ ਜੀ ਬਣ ਗਿਆ ਇੱਥੇ ਬੇਸ ਫਾਰਮ ਲੱਗਣੀ ਹੈ ਮਤਲਬ ਕਿਰਿਆ ਦਾ ਮੂਲ ਰੂਪ ਜਿਹੜਾ ਉਹਦਾ ਅਸਲੀ ਰੂਪ ਆ ਉਹ ਲੱਗਣਾ ਇੱਥੇ ਸੈਕਿੰਡ ਫਾਰਮ ਲੱਗਣੀ ਆ ਤੇ ਹੁਣ ਅੱਗੇ ਆ ਗਿਆ ਫਿਊਚਰ ਫਿਊਚਰ ਦੀ ਇੱਕ ਹੋਰ ਤੁਹਾਨੂੰ ਗੱਲ ਦੱਸ ਦਈਏ ਪਹਿਲਾਂ ਹੀ ਲਿਖ ਲਓ ਫਿਊਚਰ ਕਿਹੜਾ ਮਰਜੀ ਟੈਂਸਾ ਸਬਜੈਕਟ ਤੋਂ ਬਾਅਦ ਵਿਲ ਆਉਣਾ ਹੀ ਆਉਣਾ ਕੁਝ ਹੋ ਜੇ ਵਿਲ ਤਾਂ ਲੱਗੂਗਾ ਹੀ ਲੱਗੂਗਾ ਠੀਕ ਹੈ ਜੀ ਬਣਾ ਤਾਂ ਸਾਰਿਆਂ 'ਚ ਵਿਲ ਲੱਗੂ ਲੱਗੂ ਇੱਥੇ ਨਾਲ ਵਰਬ ਦੀ ਫੇਰ ਬੇਸ ਫਾਰਮ ਬੇਸ ਫਾਰਮ ਹਾ ਹ ਮਦਲ ਮੁੂਰੂਪ ਇਹ ਵਾਂਜੂ ਸਾਡੇ ਕੋਲ ਆਈ ਵਿਲ ਪਲੇ ਸਿੰਗੂਲਰ ਪਲੂਰਲ ਸਬਜੈਕਟ ਵਾਲੇ ਚ ਵੀ ਕੋਈ ਚੱਕਰ ਨਹੀਂ ਇਹੀ ਆ ਉਹਦੇ ਨਾਲ ਵੀ ਵਿਲ ਲੱਗੂਗਾ ਹੀ ਵਿਲ ਪਲੇ ਹੁਣ ਅਗਲੀ ਗੱਲ ਇੱਥੇ ਆ ਜਾਂਦੀ ਹੈ ਵੀ ਇੱਥੇ ਵਿਲ ਤੇ ਸ਼ਲ ਦੋਨੇ ਲੱਗਦੇ ਹੁੰਦੇ ਨੇ ਪਰ ਹੁਣ ਜਿਹੜੀ ਮਾਡਰਨ ਇੰਗਲਿਸ਼ ਆ ਉਹਦੇ ਵਿੱਚ ਸ਼ਲ ਦਾ ਯੂਜ਼ ਖਤਮ ਹੋ ਗਿਆ ਲਗਭਗ ਬਹੁਤ ਘੱਟ ਵਰਤਿਆ ਜਾਂਦਾ ਸਾਨੂੰ ਕਿਤੇ ਨਾ ਕਿਤੇ ਲਿਟਰੇਚਰ 'ਚ ਹੀ ਦੇਖਣ ਨੂੰ ਮਿਲਦਾ ਇਸ ਕਰਕੇ ਆਪਾਂ ਵਿਲ ਹੀ ਯੂਜ਼ ਕਰਾਂਗੇ ਹਣਾ ਕਿਉਂ ਉਲਝੀ ਜਾਣਾ ਵਿਲ ਯੂਜ਼ ਕਰੋ ਆਈ ਵਿਲ ਪਲੇ ਹੀ ਵਿਲ ਪਲੇ ਠੀਕ ਹੈ ਜੀ ਨਾਲ ਆਬਜੈਕਟ ਆਪਣੇ ਕੋਲੇ ਲਾ ਲਓ ਕ੍ਰਿਕਟ ਕ੍ਰਿਕਟ ਫੁੱਟਬਾਲ ਫੁੱਟਬਾਲ ਕਬੱਡੀ ਕਬੱਡੀ ਚੱਕ ਦੋ ਵਟੇ ਠੀਕ ਹੈ ਜੀ ਇਹ ਹੋ ਗਏ ਇਨਡੈਫਿਨਿਟ ਪ੍ਰੈਜ਼ੈਂਟ ਇਨਡੈਫਿਨਿਟ ਪਾਸਟ ਇਨਡੈਫਿਨਿਟ ਤੇ ਫਿਊਚਰ ਇਨਡੈਫਿਨਿਟ ਹੁਣ ਆ ਗਏ ਕੰਟੀਨਿਊਸ ਕੰਟੀਨਿਊਸ ਦੀ ਇੱਕ ਵੱਡੀ ਗੱਲ ਆ ਕਿ ਇਹਦੇ ਨਾਲ ਵਰਬ ਦੀ ਬੇਸ ਫਾਰਮ ਨਾਲ ਆਈ ਐਨ ਜੀ ਲੱਗੀ ਹੁੰਦੀ ਆ ਹਨਾ ਵਰਬ ਦੀ ਬੇਸ ਫਾਰਮ ਨਾਲ ਆਈ ਐਨ ਜੀ ਲੱਗੂ ਲੱਗੂ ਕੰਟੀਨਿਊਸ ਕਿਤੇ ਮਰਜੀ ਆ ਜੇ ਵਰਬ ਦੀ ਬੇਸ ਫਾਰਮ ਨਾਲ ਆਈ ਐਨ ਜੀ ਲੱਗੂ ਲੱਗੂ ਇਹ ਵੀ ਕੰਟੀਨਿਊਸ ਹੈ ਨਾ ਇਹ 'ਚ ਵੀ ਲੱਗੂ ਲਓ ਆਪਾਂ ਇਹ 'ਚ ਵੀ ਲਿਖ ਕੇ ਰੱਖ ਲੈਨੇ ਆ ਬਰਬ ਦੀ ਬੇਸ ਫਾਰਮ ਨਾਲ ਆਈ ਐਨ ਜੀ ਬਰਬ ਦੀ ਬੇਸ ਫਾਰਮ ਪਲੱਸ ਆਈ ਐਨ ਜੀ ਬਰਬ ਦੀ ਬੇਸ ਫਾਰਮ ਪਲੱਸ ਆਈ ਐਨ ਜੀ ਠੀਕ ਹੈ ਜੀ ਲਓ ਜੀ ਉਹ ਕੀ ਹੁੰਦਾ ਜਿਵੇਂ ਪਲੇ ਦੇ ਮਗਰ ਆਈ ਐਨ ਜੀ ਲਾ ਦੋ ਬੇਸ ਫਾਰਮ ਪਲੇ ਹੈ ਨਾ ਪਲੇਇੰਗ ਗੋਇੰਗ ਰਨਿੰਗ ਸਲੀਪਿੰਗ ਡਾਂਸਿੰਗ ਠੀਕ ਹੈ ਜੀ ਆਈ ਐਨ ਜੀ ਲਾਉਣੀ ਆ ਹੁਣ ਪ੍ਰੈਜ਼ੈਂਟ ਕੰਟੀਨਿਊਸ 'ਚ ਕੀ ਹੁੰਦਾ ਹੁਣ ਇੱਥੇ ਆ ਗਿਆ ਇਸ ਐਮ ਆਰ ਹੋਰੇ ਆ ਗਏ ਇਸ ਐਮ ਆਰ ਠੀਕ ਹੈ ਪਲੱਸ ਵਰਬ ਦੀ ਬੇਸ ਫਾਰਮ ਪਲੱਸ ਆਈ ਐਨ ਜੀ ਪਲੱਸ ਲਾ ਦੋ ਆਬਜੈਕਟ ਠੀਕ ਹੈ ਹੁਣ ਇਸ ਐਮ ਆਰ ਆਪਦੇ ਆਪ ਦੇ ਹਿਸਾਬ ਨਾਲ ਹੁੰਦੇ ਨੇ ਸਾਨੂੰ ਪਤਾ ਆਈ ਨਾਲ ਐਮ ਹੁੰਦਾ ਆਈ ਐਮ ਪਲੇਇੰਗ ਕ੍ਰਿਕਟ ਜੇ ਹੀ ਆ ਹੀ ਇਜ਼ ਪਲੇਇੰਗ ਕ੍ਰਿਕਟ ਜੇ ਵੀ ਆ ਵੀ ਆਰ ਪਲੇਇੰਗ ਕ੍ਰਿਕਟ ਸਿੰਗੂਲਰ ਨਾਲ ਇਜ਼ ਪਲੂਰਲ ਨਾਲ ਜੇ ਬਾਲੇ ਨੇ ਉਹਨਾਂ ਨਾਲ ਆਰ ਤੇ ਆਈ ਨਾਲ ਐਮ I am playing cricket he is playing cricket we are playing cricket ਸ ਠੀਕ ਹੈ ਜੀ ਬਣ ਗਿਆ ਇਹਦਾ ਵੀ ਢਾਂਚਾ ਹੁਣ ਆ ਗਿਆ ਪਾਸਟ ਪਾਸਟ ਦੇ ਵਿੱਚ ਆਪਾਂ ਕੀ ਕਰਨਾ ਵਾਸ ਵਰ ਲੈ ਆਉਣੇ ਆ ਵਾਸ ਵਰ ਸਿੰਗੂਲਰ ਲਈ ਵਾਸ ਇੱਥੇ ਆਈ ਲਈ ਵਾਸ ਆਊਗਾ ਦੇਖੋ ਇੱਥੇ ਆਈ ਸਿੰਗੂਲਰ ਵਾਲਿਆਂ ਚ ਆ ਗਈ ਹੀ ਨਾਲ ਵਾਸ ਆਊਗਾ ਹੋ ਗਿਆ ਜੀ ਉਸ ਤੋਂ ਬਾਅਦ ਜੇ ਵੀ ਆ ਵੀ ਨਾਲ ਵਾਰ ਆਈ ਵਾਸ ਪਲੇਇੰਗ ਕ੍ਰਿਕਟ he was playing cricket we were playing cricket लो जी ये भी हो गया उस दो बाद आ गया फ्यूचर फ्यूचर ਦੇ ਨਾਲ ਵਿਲ ਤੋਂ ਬਾਅਦ ਵੀ ਪਲੱਸ ਵਰਬ ਦੀ ਬੇਸ ਫਾਰਮ ਜਿਹਦੇ ਨਾਲ ਆਈ ਐਨ ਜੀ ਲੱਗਿਆ ਹੁੰਦਾ ਜਿਵੇਂ ਆਈ ਵਿਲ ਬੀ ਪਲੇਇੰਗ ਪਿੱਛੇ ਆਬਜੈਕਟ ਤਾਂ ਹਣਾ ਲਾ ਲਓ ਕੋਈ ਚੱਕਰ ਨਹੀਂ ਪਲੇਇੰਗ ਕ੍ਰਿਕਟ ਲੋ ਜੀ ਹੋ ਗਿਆ ਓਵੇਂ ਇੱਥੇ ਹੀ ਵਿਲ ਬੀ ਇੱਥੇ ਸਬਜੈਕਟ چاہے ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ ਕੋਈ ਮਰਜ਼ੀ ਸਬਜੈਕਟ ਆ ਜਾਏ ਫਿਊਚਰ ਚ ਉਹ ਤੋਂ ਬਾਅਦ ਵਿਲ ਲੱਗਣਾ ਹੀ ਲੱਗਣਾ ਇਹ ਨਹੀਂ ਹੈਗਾ ਹਣਾ ਵੀ ਸਬਜੈਕਟ ਦੇ ਹਿਸਾਬ ਨਾਲ ਆਪਾਂ ਕੁਝ ਹੋਰ ਲਾਵਾਂਗੇ ਹੀ ਵਿਲ ਬੀ ਪਲੇਇੰਗ ਕ੍ਰਿਕਟ ਵੀ ਵਿਲ ਬੀ ਪਲੇਇੰਗ ਕ੍ਰਿਕਟ ਦੇ ਵਿਲ ਬੀ ਪਲੇਇੰਗ ਕ੍ਰਿਕਟ ਲਾਈ ਚੱਲੋ ਹਣਾ ਚਲੋ ਬਈ ਨਿਬੜ ਗਿਆ ਕੰਮ ਉਸ ਤੋਂ ਅੱਗੇ ਆ ਗਏ ਆਪਣੇ ਕੋਲੇ ਪਰਫੈਕਟ ਪਰਫੈਕਟ ਸਾਨੂੰ ਪਤਾ ਵੀ ਕਿਰਿਆ ਖਤਮ ਹੋਊਗੀ ਪ੍ਰੈਜ਼ੈਂਟ ਪਰਫੈਕਟ ਇਹਦੇ ਚ ਹੈਜ਼ ਤੇ ਹੈਵ ਇੱਕ ਗੱਲ ਹੋਰ ਨੋਟ ਕਰ ਲਓ ਜਿੱਥੇ ਵੀ ਪਰਫੈਕਟ ਟੈਂਸ ਆ ਜੇ ਉਹਦੇ ਚ ਹੈਜ਼ ਹੈਵ ਤੇ ਹੈਡ ਇਹਨਾਂ ਤਿੰਨਾਂ ਚੋਂ ਇੱਕ ਲੱਗਣਾ ਹੀ ਲੱਗਣਾ ਟੈਂਸ ਦੇ ਹਿਸਾਬ ਨਾਲ ਤੇ ਹੈਡ ਸਾਨੂੰ ਸਾਰਿਆਂ ਨੂੰ ਪਤਾ ਵੀ ਪਾਸਟ ਦਾ ਹੁੰਦਾ ਇਸ ਕਰਕੇ ਜਿਹੜੇ ਪਾਸਟ ਵਾਲੇ ਨੇ ਉਹ ਚ ਆਪਾਂ ਲਾ ਦਾਂਗੇ ਹੈਡ ਲਓ ਜੀ ਹੈਡ ਪਾਸਟ ਵਾਲਿਆਂ ਚ ਹੈਡ ਲਾਤਾ ਪ੍ਰੈਜ਼ੈਂਟ ਚ ਸਾਨੂੰ ਪਤਾ ਹੈਜ਼ ਹੈਵ ਹੁੰਦਾ ਹੁਣ ਹੈਜ਼ ਆ ਜਿਹੜਾ ਉਹ ਸਿੰਗੂਲਰ ਨਾਲ ਲੱਗਦਾ ਹਨ ਜਿਵੇਂ he has ਤੇ ਜੇ we ਆ ਦਾ we have ਜਿਹੜਾ i ਆ ਇੱਥੇ ਫੇਰ ਪਲੂਰਲ ਵਾਲਾ ਕੰਮ ਕਰੂ i have i ਨਾਲ have ਵੀ ਲੱਗੂਗਾ ਠੀਕ ਹੈ ਜੀ ਬਣ ਗਿਆ ਉਸ ਤੋਂ ਅੱਗੇ ਸਾਡੇ ਕੋਲੇ has ਆ ਜੇ ਚਾਹੇ have ਆ ਜੇ ਚਾਹੇ had ਆ ਜੇ ਤਿੰਨਾ ਤੋਂ ਬਾਅਦ ਹਮੇਸ਼ਾ ਵਰਬ ਦੀ ਤੀਜੀ ਫਾਰਮ ਲੱਗਦੀ ਹੈ ਇਹਨੂੰ ਨੋਟ ਕਰ ਲਓ ਕਿਹੜਾ ਮਰਜੀ ਟੈਂਸ ਆ ਜਾਏ ਹੈਜ਼ ਹੈਵ ਹੈਡ ਤੋਂ ਬਾਅਦ ਵਰਬ ਦੀ ਤੀਜੀ ਫਾਰਮ ਲੱਗੂਗੀ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਹੁਣ ਨੇ ਪਲੇ ਪਲੇਡ 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 ਅੱਗੇ ਤੀਜੀ ਫਾਰਮ ਆ ਜਿਵੇਂ ਆਪਾਂ ਕਹਿੰਦੇ ਹੁਣ ਨੇ ਗੋ ਵੈਂਟ ਗੌਨ ਗੌਨ ਤੀਜੀ ਫਾਰਮ ਆ ਜਮਾ ਵੀ ਉਲਝਣਾ ਨਹੀਂ ਚੁੱਪ ਕਰਕੇ ਸਿੱਧਾ ਤੀਜੀ ਫਾਰਮ ਲਾ ਦਿਓ ਹੀ ਹੈਜ਼ ਗੌਨ ਜੇ ਆਪਾਂ ਪਲੇ ਕ੍ਰਿਕਟ ਵਾਲਾ ਬਣਾ ਰਹੇ ਹਾਂ ਹੀ ਹੈਜ਼ ਪਲੇਡ ਕ੍ਰਿਕਟ we have gone i have gone verb ਦੀ ਤੀਜੀ ਫਾਰਮ ਲੱਗਣੀ ਆ ਠੀਕ ਹੈ ਜੀ ਸਿੰਗੂਲਰ ਨਾਲ ਹੈਜ਼ ਇਹ ਪ੍ਰੈਜ਼ੈਂਟ ਦਾ ਸੀ ਤਾਂ ਹੀ ਹੈਜ਼ ਹੈਵ ਨੇ ਇਹ ਪਾਸਟ ਦਾ ਇਸ ਕਰਕੇ ਹੈਡ ਲੱਗੂਗਾ ਤੇ ਨਾਲ ਆਪਾਂ ਇਹਦਾ ਕਰ ਹੀ ਲਿਆ ਵੀ ਵਰਬ ਦੀ ਤੀਜੀ ਫਾਰਮ ਤਾਂ ਆਉਣੀ ਆਉਣੀ ਆ ਜਦੋਂ ਆਪਾਂ ਜਮਾ ਹੈਜ਼ ਹੈਵ ਹੈਡ ਤੋਂ ਬਾਅਦ ਲਿਖਣਾ ਹੋਵੇ ਇਹ ਨੋਟ ਕਰੋ ਵੀ ਹੈਜ਼ ਹੈਵ ਹੈਡ ਲਿਖਿਆ ਉਹਦੇ ਨਾਲ ਹੀ ਅਸੀਂ ਵਰਬ ਲਾਉਣਾ ਜਿਵੇਂ ਇਹਦੇ ਨਾਲ ਹੀ ਵਰਬ ਲਾਇਆ ਇਹਦੇ ਨਾਲ ਹੀ ਵਰਬ ਲਾਇਆ ਤਾਂ ਤੀਜੀ ਫਾਰਮ ਚ ਲਿਖਣਾ ਠੀਕ ਹੈ ਜੀ ਇਥੇ ਆ ਫੇਰ ਲਾ ਦਾਂਗੇ ਆਈ ਹੈਡ ਗਾਉਣ ਲਿਖ ਦੋ ਸਬਜੈਕਟ ਕਿਹੜਾ ਮਰਜੀ ਹੋਵੇ ਸਿੰਗੂਲਰ ਪਲੂਰਲ ਹੈਡ ਹੀ ਆਊਗਾ ਦੋਨਾਂ ਨਾਲ ਚਾਹੇ ਇੱਥੇ ਬਾਲੇ ਨੇ ਦੇ ਹੈਡ ਪਲੇਡ ਜਾਂ ਗਾਉਣ ਪਿੱਛੇ ਆਬਜੈਕਟ ਲਾ ਦਿਓ ਆਬਜੈਕਟ ਆਪਾਂ ਬਾਲੇ ਥਾਂ ਤੋਂ ਮਿਸ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੀ ਹਨ ਅਸੀਂ ਲਾ ਦਾਂਗੇ ਪਲੇਇੰਗ ਆ ਕ੍ਰਿਕਟ ਹੀ ਲਾਉਣਾ ਲਾ ਦਿਓ ਕੁਝ ਮਰਜੀ ਹਨਾ ਜਿਹੜਾ ਆਪਦੇ ਹਿਸਾਬ ਨਾਲ ਲਾਤਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਅੱਗੇ ਸਾਡੇ ਕੋਲੇ ਫਿਊਚਰ ਪਰਫੈਕਟ ਇੱਥੇ ਪਹੁੰਚ ਗਏ ਇਹ ਗੱਲ ਯਾਦ ਰੱਖਿਓ ਕਿ ਵਿਲ ਤੋਂ ਬਾਅਦ ਜਦੋਂ ਪਰਫੈਕਟ ਟੈਂਸ ਹੋਵੇ ਹੈਜ਼ ਨਹੀਂ ਲਾਉਣਾ ਕੱਲਾ ਹੈਵ ਹੀ ਲਾਉਣਾ ਠੀਕ ਹੈ ਜੀ ਕੱਲਾ ਹੈਵ ਇੱਥੇ ਚਾਹੇ ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ ਵਿਲ ਤੋਂ ਬਾਅਦ ਹਮੇਸ਼ਾ ਹੈਵ ਆਊਗਾ ਵਿਲ ਤੋਂ ਬਾਅਦ ਹੈਜ਼ ਕਦੇ ਵੀ ਨਹੀਂ ਆਉਣਾ ਠੀਕ ਹੈ ਜੀ ਵਿਲ ਹੈਵ ਉਸ ਤੋਂ ਬਾਅਦ ਪਾਸ ਦੀ ਤੀਜੀ ਫਾਰਮ ਤੇ ਪਲੱਸ ਆਬਜੈਕਟ ਆਈ ਵਿਲ ਹੈਵ played ਬਣ ਕੀ ਗੱਲ ਕੋਈ ਮਰਜੀ ਆ ਜੀ ਹਨਾ ਹੀ ਵਿਲ ਆ ਜੇ ਚਾਹੇ ਦੇ ਵਿਲ ਆ ਜੇ ਜਿਹੜਾ ਮਰਜੀ ਆ ਜੇ ਵਿਲ ਹੈ ਪਲੇਡ ਦੇਖੋ ਹੈਵ ਆਇਆ ਸੀ ਨਾ ਹੈਜ਼ ਹੈਵ ਹੈਡ ਚ ਇੱਕ ਹੈਵ ਆ ਗਿਆ ਤਾਂ ਇੱਥੇ ਵਰਬ ਦੀ ਤੀਜੀ ਫਾਰਮ ਆਈ ਇਹਦੇ ਨਾਲ ਇਹ ਗੱਲ ਯਾਦ ਰੱਖਿਓ ਹੀ ਵਿਲ ਹੈਵ ਗੋਨ ਠੀਕ ਹੈ ਉੱਥੇ ਵੀ ਤੀਜੀ ਫਾਰਮ ਲਾਉਣੀ ਆ ਫਿਰ ਜਿੱਥੇ ਹੈਵ ਨਾਲ ਵਰਬ ਲੱਗਿਆ ਹੋਊਗਾ ਲਓ ਜੀ ਦੇਖੋ ਆਪਾਂ ਇੰਨਾ ਚਾਰਟ ਜਾ ਤਾ फडਕਾਤਾ ਹਨਾ ਦੱਬੀ ਤੁਰੇ ਜਾਂਦੇ ਆ ਆਹੀ ਰਹਿ ਗਿਆ ਅਖੀਰਲਾ ਰਹਿ ਗਿਆ ਪਰਫੈਕਟ ਕੰਟੀਨਿਊਸ ਸਾਨੂੰ ਸਾਰਿਆਂ ਨੂੰ ਪਤਾ ਵੀ ਇਹ ਇਹਦੇ ਤੇ ਇਹਦੇ 'ਚ ਇਹ ਫਰਕ ਹੁੰਦਾ ਵੀ ਇਹਦੇ 'ਚ ਸਮਾਂ ਵੀ ਦਿੱਤਾ ਹੁੰਦਾ ਨਾਲ ਹੁਣ ਜੇ ਇੱਥੇ ਆਪਾਂ ਨੂੰ ਮੰਨ ਲਓ ਪੰਜਾਬੀ 'ਚ ਵਾਕ ਆ ਗਿਆ ਮੈਂ ਕ੍ਰਿਕਟ ਖੇਡ ਰਿਹਾ ਹਾਂ ਅਸੀਂ ਕਹ ਦਾਂਗੇ ਇਹ ਪ੍ਰੈਜ਼ੈਂਟ ਕੰਟੀਨਿਊਸ ਆ ਜੇ ਵਾਕ ਆ ਜੇ ਮੈਂ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਹਾਂ ਨਾਲ ਸਮਾਂ ਦਿੱਤਾ ਸਵੇਰ ਤੋਂ ਫੇਰ ਉਹ ਬਣ ਜੂ ਪਰਫੈਕਟ ਕੰਟੀਨਿਊਸ ਠੀਕ ਹੈ ਜੀ ਇੰਨਾ ਕੀ ਫਰਕ ਆ ਇਹਨਾਂ 'ਚ ਹੁਣ ਆਪਾਂ ਉਹਦੇ ਰੂਲ ਦੇਖ ਲੈਣੇ ਆ ਸਬਜੈਕਟ ਆ ਗਿਆ ਸਾਡੇ ਕੋਲੇ ਪਰਫੈਕਟ ਕੰਟੀਨਿਊਸ ਦੇ ਵਿੱਚ ਸਾਡੇ ਕੋਲ ਕੀ ਲੱਗਦਾ ਹੁੰਦਾ ਹੈਜ਼ ਹੈਵ ਤੇ ਨਾਲ ਬੀਨ ਜੇ ਸਿੰਗੂਲਰ ਸਬਜੈਕਟ ਆ ਤਾਂ ਹੈਜ਼ ਜੇ ਪਲੂਰਲ ਆ ਤਾਂ ਹੈਵ ਤੇ ਨਾਲ ਬੀਨ ਆਏ ਆ ਸਾਨੂੰ ਪਤਾ ਇੱਥੇ ਸਾਰਾ ਪਲੂਰਲ ਵਾਲਾ ਕੰਮ ਕਰਦਾ ਹਨ ਆਈ ਹੈਵ ਬੀਨ ਜੇ ਹੀ ਆ ਤਾਂ ਹੀ ਹੈਜ਼ ਬੀਨ ਅੱਗੇ ਆ ਗਿਆ ਬਹੁਵਦੀ ਪਹਿਲੀ ਫਾਰਮ ਪਲੇਇੰਗ ਫਿਰ ਆਬਜੈਕਟ ਆ ਗਿਆ ਕ੍ਰਿਕਟ ਇਥੇ ਆਬਜੈਕਟ ਨਾਲ ਲੱਗਿਆ ਹੁੰਦਾ ਇਹਦੇ ਸਿንስ ਜਾਂ ਫੋਰ ਸਿንስ ਫੋਰ ਲਾ ਕੇ ਅੱਗੇ ਦਿੱਤਾ ਹੁੰਦਾ ਟਾਈਮ ਜੇ ਮੈਂ ਆਪ ਬਣਾ ਲੈਣਾ ਹੀ ਹੈਜ਼ ਬੀਨ ਪਲੇਇੰਗ ਕ੍ਰਿਕਟ ਸਿንስ ਮਾਰਨਿੰਗ ਸੈਂਸ ਤੇ ਫੌਰ ਕਿੱਥੇ ਕਿੱਥੇ ਲਾਉਣਾ ਇਹਨਾਂ 'ਚ ਕੀ ਫਰਕ ਆ ਉਹ ਸਾਰੇ ਤੇ ਆਪਾਂ ਡਿਟੇਲਡ ਵੀਡੀਓ ਬਣਾਈ ਹੋਈ ਆ ਉਹ ਵੀ ਧਿਆਨ ਰੱਖ ਲਿਓ ਉਹ ਵੀਡੀਓ ਜ਼ਰੂਰ ਦੇਖ ਲਿਓ ਹੀ ਹੈਜ਼ ਬੀਨ ਪਲੇਇੰਗ ਕ੍ਰਿਕਟ ਸੈਂਸ ਮਾਰਨਿੰਗ ਲਓ ਜੀ ਇਹ ਬਣ ਗਿਆ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੁਣ ਜਦੋਂ ਪਾਸਟ ਪਰਫੈਕਟ ਕੰਟੀਨਿਊਸ ਬਣਾਉਣਾ ਅਸੀਂ ਦੇਖਿਆ ਵੀ ਪਰਫੈਕਟ ਟੈਂਸਾ ਤਾਂ ਹੈਡ ਲੱਗੋ ਕੰਟੀਨਿਊਸ ਆ ਤਾਂ ਵਰਬ ਦੀ ਬੇਸ ਫਾਰਮ ਨਾਲ ਆਈ ਐਨ ਜੀ ਤੇ ਇੱਕ ਗੱਲ ਹੋਰ ਨੋਟ ਕਰ ਲਓ ਜਦੋਂ ਸਾਨੂੰ ਪਰਫੈਕਟ ਕੰਟੀਨਿਊਸ ਟੈਂਸ ਆ ਜੇ ਤਾਂ ਉਹਦੇ 'ਚ ਬੀਨ ਸ਼ਬਦ ਲੱਗਦਾ ਹੀ ਲੱਗਦਾ ਹਣਾ ਇੱਥੇ ਹੈਡ ਤੋਂ ਬਾਅਦ ਬੀਨ ਲੱਗੂਗਾ ਹੀ ਲੱਗੂਗਾ ਬਵਬ ਦੀ ਬੇਸ ਫਾਰਮ ਨਾਲ ਆਈ ਐਨ ਜੀ ਆਬਜੈਕਟ ਪਲੱਸ ਸਿੰਸ ਤੇ ਫੋਰ ਇਹਨਾਂ ਚੋਂ ਇੱਕ ਤੇ ਪਲੱਸ ਟਾਈਮ ਠੀਕ ਹੈ ਜੀ ਫਿਰ ਬਣ ਜੂਗਾ ਇਹ ਹੀ ਇੱਥੇ ਬਣਾ ਲੈਨੇ ਆਪਾਂ ਹੈਜ਼ ਘੱਟ ਦੋ ਹੀ ਹੈਡ ਹੀ ਹੈਡ ਬੀਨ ਪਲੇਇੰਗ ਕ੍ਰਿਕਟ ਸਿੰਸ ਮਾਰਨਿੰਗ ਫਰਕ ਤਾਂ ਕੋਈ ਨਹੀਂ ਇਹ ਪ੍ਰੈਜ਼ੈਂਟ ਸੀ ਤਾਂ ਕਰਕੇ ਹੈਵ ਲੱਗਿਆ ਸੀ ਇਹ ਉਦੋਂ ਆ ਪਾਸਟ ਆ ਗਿਆ ਤਾਂ ਕਰਕੇ ਹੈਡ ਲੱਗੂਗਾ ਹੀ ਹੈਡ ਬੀਨ ਪਲੇਇੰਗ ਕ੍ਰਿਕਟ ਸਿንስ ਮਾਰਨਿੰਗ ਲਓ ਜੀ ਗੱਲ ਖਤਮ ਉਦੋਂ ਬਾਅਦ ਸਾਡੇ ਕੋਲੇ ਆ ਗਿਆ ਫਿਊਚਰ ਪਰਫੈਕਟ ਕੰਟੀਨਿਊਸ ਹੁਣ ਸਾਨੂੰ ਪਤਾ ਆਪਾਂ ਗੱਲ ਕਰ ਲਈ ਵੀ ਪਰਫੈਕਟ ਕੰਟੀਨਿਊਸ ਚ ਬੀਨ ਸ਼ਬਦ ਜ਼ਰੂਰ ਲੱਗੂ ਹੁਣ ਆਪਾਂ ਇੱਥੇ ਬੀਨ ਸ਼ਬਦ ਲਾਵਾਂਗੇ ਤੇ ਵਿਲ ਦੇ ਨਾਲ ਅਸੀਂ ਇੱਥੇ ਗੱਲ ਕਰੀ ਸੀ ਵੀ ਹੈਵ ਹੀ ਆਊਗਾ ਹੈਜ਼ ਹੂਜ਼ ਨਹੀਂ ਆਉਂਦਾ ਫਿਰ will have will have been ਬਾਬ ਦੀ بیس ਫਾਰਮ ਆਈ ਜਾਂਨੇ ਜੀ ਉਹੀ ਅੱਗੇ ਆਪਣੇ ਕੋਲੇ ਹਨ ਸਿੰਸ ਫੋਰ ਨਾਲ ਟਾਈਮ ਤਾਂ ਇਹ ਕੀ ਬਣ ਜੂ ਆਈ will have been प्लेइंग क्रिकेट ਸਿੰਸ ਮਾਰਨਿੰਗ ਲਓ ਜੀ ਇਹ ਬਣ ਗਿਆ ਸਾਡੇ ਕੋਲੇ ਫਿਊਚਰ ਪਰਫੈਕਟ ਕੰਟੀਨਿਊ ਦੇਖੋ ਹੁਣ ਇਹਨਾਂ ਦਾ ਆਪਾਂ ਇੱਕ ਇੱਕ ਪੰਜਾਬੀ ਜਿਹਾ ਵਾਕ ਬਣਾ ਲੈਨੇ ਕਿਉਂਕਿ ਅੰਗਰੇਜ਼ੀ ਦਾ ਬਣਾਲੇ ਤਾਂ ਕਿ ਤੁਹਾਨੂੰ ਹੋਰ ਸਮਝ ਆ ਜਾਏ ਪ੍ਰੈਜ਼ੈਂਟ ਇਨਡੈਫਿਨਿਟ ਕੀ ਹੁੰਦਾ ਜਦੋਂ ਕੋਈ ਆਪਾਂ ਰੁਟੀਨ ਦੇ ਕੰਮ ਦੀ ਗੱਲ ਕਰਦੇ ਆ ਮੈਂ ਕ੍ਰਿਕਟ ਖੇਡਦਾ ਹਾਂ ਮੈਂ ਪੜ੍ਹਦਾ ਹਾਂ ਮੈਂ ਸਕੂਲ ਜਾਂਦਾ ਹਾਂ ਹਨਾ ਅਨਿਸ਼ਚਿਤ ਜੀ ਕਿਰਿਆ ਹੈਗੀ ਉਹ ਹੁੰਦਾ ਸਾਡੇ ਕੋਲ ਪ੍ਰੈਜ਼ੈਂਟ ਇਨਡੈਫਿਨਿਟ ਕੰਟੀਨਿਊਸ ਕੀ ਹੁੰਦਾ ਜਿਹੜਾ ਕੰਮ ਚੱਲ ਰਿਹਾ ਮੈਂ ਕ੍ਰਿਕਟ ਖੇਡ ਰਿਹਾ ਹਾਂ ਮੈਂ ਹੁਣ ਖੇਡ ਰਿਹਾ ਹਾਂ ਕ੍ਰਿਕਟ ਕੰਟੀਨਿਊਸ ਆ ਹੁਣ ਚੱਲ ਰਿਹਾ ਪ੍ਰੈਜ਼ੈਂਟ ਦੇ ਵਿੱਚ ਕੰਟੀਨਿਊਸ ਆ ਚੱਲ ਰਿਹਾ ਪਰਫੈਕਟ ਮਤਲਬ ਕੀ ਹੁੰਦਾ ਵੀ ਕੋਈ ਕੰਮ ਪੂਰਾ ਹੋ ਗਿਆ ਪ੍ਰੈਜ਼ੈਂਟ ਚ ਮੈਂ ਕ੍ਰਿਕਟ ਖੇੜ ਚੁੱਕਾ ਹਾਂ ਹਨਾ ਮੈਂ ਕ੍ਰਿਕਟ ਖੇੜ ਹਟਿਆ ਮਤਲਬ ਮੈਂ ਕੰਮ ਹੁਣੀ ਵਰਤਮਾਨ ਚ ਖਤਮ ਕੀਤਾ ਵਰਤਮਾਨ ਚ ਹੁਣੀ ਕੰਮ ਖਤਮ ਹੋਇਆ ਉਹ ਹੁੰਦਾ ਪ੍ਰੈਜ਼ੈਂਟ ਪਰਫੈਕਟ ਹੁਣ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਕਿਹੜਾ ਬਣ ਗਿਆ ਸਾਨੂੰ ਪਤਾ ਇਹਦੇ ਤੇ ਇਹਦੇ ਚ ਕੀ ਫਰਕ ਆ ਮੈਂ ਕ੍ਰਿਕਟ ਖੇੜ ਰਿਹਾ ਹਾਂ ਜੇ ਪਰਫੈਕਟ ਕੰਟੀਨਿਊਸ ਆ ਉਹ ਹੋ ਜੂ ਮੈਂ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਵੀ ਕ੍ਰਿਕਟ ਖੇਡਣ ਵਾਲੀ ਕਿਰਿਆ ਕਦੋਂ ਤੋਂ ਚੱਲ ਰਹੀ ਹੈ ਨਾਲ ਉਹ ਸਮਾਂ ਵੀ ਦਿੰਦਾ ਉਹ ਹੁੰਦਾ ਪਰਫੈਕਟ ਕੰਟੀਨਿਊਸ ਇਹਨਾਂ ਦੋਨਾਂ 'ਚ ਸਮੇਂ ਦਾ ਫਰਕ ਆ ਵਾਕ ਸੇਮ ਜਿਹਾ ਹੀ ਹੁੰਦਾ ਹਨ ਤੇ ਬਾਕੀ ਅੰਗਰੇਜ਼ੀ ਦੀ ਬਣਤਰਤਾ ਆਪਾਂ ਦੇਖ ਹੀ ਲਈ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਪਾਸਟ ਪਾਸਟ ਇਨਡੈਫਿਨਿਟ ਅਨਿਸ਼ਚਿਤ ਭੂਤਕਾਲ ਆ ਇਹ ਸਾਨੂੰ ਪਤਾ ਜਾਨੀ ਮੈਂ ਕ੍ਰਿਕਟ ਖੇਡਿਆ ਮੈਂ ਪੜ੍ਹਿਆ ਮੈਂ ਸਕੂਲ ਗਿਆ ਕੋਈ ਪਤਾ ਨਹੀਂ ਲੱਗਦਾ ਹਨ ਅਨਿਸ਼ਚਿਤ ਜੀ ਕਿਰਿਆ ਨਾ ਠੀਕ ਹੈ ਜੀ ਏ ਬਣਾਤੀ ਉਸ ਤੋਂ ਬਾਅਦ ਆ ਗਿਆ ਪਾਸਟ ਕੰਟੀਨਿਊਸ ਪਾਸਟ ਆ ਤੇ ਕਿਰਿਆ ਚੱਲ ਰਹੀ ਆ ਮੈਂ ক্রিকেট ਖੇਡ ਰਿਹਾ ਸੀ ਦੇਖੋ ਪਾਸਟ ਹਨਾ ਭੂਤਕਾਲ ਚ ਪੁਰਾਣੇ ਸਮੇਂ ਚ ਕੋਈ ਕੰਮ ਚੱਲ ਰਿਹਾ ਸੀ ਇਹ ਆ ਗਿਆ ਸਾਡੇ ਕੋਲ ਪਰਫੈਕਟ ਮੈਂ ক্রিকেট ਖੇਡ ਚੁੱਕਾ ਸੀ ਕੋਈ ਪੁਰਾਣੇ ਸਮੇਂ ਚ ਉਹ ਕੰਮ ਪੂਰਾ ਕਰਿਆ ਸੀ ਉਹਨੇ ক্রিকেট ਖੇਡ ਚੁੱਕਾ ਸੀ ਮਤਲਬ ক্রিকেট ਖੇਡਣ ਵਾਲੀ ਕਿਰਿਆ ਖਤਮ ਕਰਤੀ ਸੀ ਪਾਸਟ ਚ ਉਦੋਂ ਬਾਅਦ ਆ ਗਿਆ ਪਾਸਟ ਪਰਫੈਕਟ ਕੰਟੀਨਿਊਸ ਇਹ ਵੀ ਸਾਨੂੰ ਪਤਾ ਹੀ ਆ ਮੈਂ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਸੀ ਬਣ ਜੂ ਫਿਰ ਪਾਸਟ ਦੀ ਗੱਲ ਹੋ ਜੂਗੀ ਨਾਲ ਟਾਈਮ ਆ ਗਿਆ ਹੁੰਦਾ ਤਾਂ ਇਹਦੇ ਵਰਗ ਹੀ ਆ ਠੀਕ ਹੈ ਜੀ ਕੰਟੀਨਿਊਸ ਵਰਗਾ ਅੱਗੇ ਆਗਾ ਸਾਡੇ ਕੋਲ ਫਿਊਚਰ ਫਿਊਚਰ ਦੇ ਵਿੱਚ ਕੀ ਆ ਪਹਿਲਾਂ ਆ ਗਿਆ ਅਨਿਸ਼ਚਿਤ ਆਈ ਵਿਲ ਪਲੇ ਮੈਂ ਖੇਡੂ ਉਹ ਖੇਡੇਗਾ ਉਹ ਉੱਥੇ ਜਾਵੇਗਾ ਉਹ ਇਹ ਕਰੇਗਾ ਹਨਾ ਅਨਿਸ਼ਚਿਤ ਜਾਗਾ ਫਿਊਚਰ ਦੇ ਕੋ ਕੰਮ ਦੀ ਗੱਲ ਕਹਿ ਰਹੇ ਆ ਠੀਕ ਹੈ ਜੀ ਬਣਾ ਦਿਓ ਉਦੋਂ ਬਾਅਦ ਆ ਗਿਆ ਫਿਊਚਰ ਕੰਟੀਨਿਊਸ ਵੀ ਫਿਊਚਰ ਚ ਕੋਈ ਕਿਰਿਆ ਚੱਲ ਰਹੀ ਹੋ ਕਿਸੇ ਸਮੇਂ ਆਈ ਵਿਲ ਬੀ ਪਲੇਇੰਗ ਕ੍ਰਿਕਟ ਮੈਂ ਕ੍ਰਿਕਟ ਖੇੜ ਰਿਹਾ ਹੋਵਾਂਗਾ ਭਵਿੱਖ ਦੀ ਗੱਲ ਕਰ ਰਿਹਾ ਵੀ ਉਦੋਂ ਕਿਰਿਆ ਚੱਲ ਰਹੀ ਹੋਊਗੀ ਠੀਕ ਹੈ ਜੀ ਕੰਟੀਨਿਊਸ ਆ ਅੱਗੇ ਆ ਗਿਆ ਪਰਫੈਕਟ ਵੀ ਭਵਿੱਖ ਚ ਕੋਈ ਕਿਰਿਆ ਪੂਰੀ ਹੋ ਜਾਊਗੀ ਕਿਉਂਕਿ ਪਰਫੈਕਟ ਦਾ ਮਤਲਬ ਹੁੰਦਾ ਕਿਰਿਆ ਪੂਰੀ ਹੋਣੀ ਆਈ ਵਿਲ ਹੈਵ ਪਲੇਡ ਕ੍ਰਿਕਟ ਮੈਂ ਕ੍ਰਿਕਟ ਖੇੜ ਚੁੱਕਾ ਹੋਵਾਂਗਾ ਮਤਲਬ ਕ੍ਰਿਕਟ ਖੇਡਣ ਵਾਲੀ ਕਿਰਿਆ ਉਹ ਮੈਂ ਭਵਿੱਖ ਚ ਪੂਰੀ ਕਰ ਲਈ ਹੋਣੀ ਠੀਕ ਹੈ ਜੀ ਇਹ ਬਣ ਜੂ ਇਹਦਾ ਮਤਲਬ ਇਹਦਾ ਵਾਕ ਬਣਾ ਲੈਣੇ ਆ ਇਹ ਸਾਨੂੰ ਪਤਾ ਹੀ ਦੇ ਵਰਗਈਆ ਮੈਂ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਹੋਵਾਂਗਾ ਹੋਵਾਂਗਾ ਆ ਗਿਆ ਨਾਲ ਸਮਾਂ ਦੇ ਤਾਂ ਰਿਹਾ ਹੋਵਾਂਗਾ ਇੱਥੇ ਕੰਟੀਨਿਊ ਸੀਗਾ ਫਿਊਚਰ ਕੰਟੀਨਿਊ ਸੀਗਾ ਇਹ ਫਿਊਚਰ ਪਰਫੈਕਟ ਕੰਟੀਨਿਊਜ਼ ਹੈ ਚ ਨਾਲ ਸਮਾਂ ਦੇਦਾ ਕਿਉਂਕਿ ਸਾਨੂੰ ਪਤਾ ਕੰਟੀਨਿਊਸ ਤੇ ਪਰਫੈਕਟ ਕੰਟੀਨਿਊ ਵਿਚ ਇਹੀ ਫਰਕ ਆ ਵਿੱਚ ਸਮਾਂ ਦਿੱਤਾ ਹੁੰਦਾ ਇਹਦੇ ਵਿਚ ਸਮਾਂ ਨਹੀਂ ਹੁੰਦਾ ਇਹ ਅਨਿਸ਼ਚਿਤ ਹੁੰਦਾ ਤੇ ਇਹਦੇ ਵਿਚ ਕਿਰਿਆ ਪੂਰੀ ਹੋ ਗਈ ਹੁੰਦੀ ਆ ਲਓ ਜੀ ਇੰਨੇ ਕੁ ਤਾਂ ਸੀਗੇ ਇਹ ਟੈਂਸਾਂ ਵਾਲਾ ਚਾਰਟ ਤੇ ਇੰਨੇ ਕੁ ਟੈਂਸੇਸ ਸੀ ਆਪਣੇ ਕੋਲ 12 ਅੱਜ ਆਪਾਂ ਇਹਨਾਂ ਦਾ ਪਤਾ ਭੋਗ ਹੁਣ ਤੁਸੀਂ ਵੀ ਆਪਦੀ ਨੋਟਬੁੱਕ ਰਜਿਸਟਰ ਲੈ ਕੇ ਇਹਨੂੰ ਮਿੰਟਾਂ ਚ ਬਣਾ ਲਓ ਤਾਂ ਕਿ ਤੁਹਾਨੂੰ ਵੀ ਇਹ ਚੰਗੀ ਤਰ੍ਹਾਂ ਸਮਝ ਆ ਜਾਏ ਜੇ ਫੇਰ ਵੀ ਤੁਹਾਡੇ ਮਨ ਚ ਕੋਈ ਸਵਾਲ ਡਾਊਟ ਜਾਂ ਕਨਫਿਊਜ਼ਨ ਆ ਉਹ ਵੀ ਪੁੱਛ ਸਕਦੇ ਹੋ ਤੇ ਇੱਕ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਨਮੀ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਆ ਜੇ ਤੁਹਾਨੂੰ ਪਤਾ ਲੱਗ ਜੇ ਅਗਲੀ ਵੀਡੀਓ ਲੈ ਕੇ ਜਲਦੀ ਫੇਰ حاضر ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ